ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ, ਫਾਈਂਡ ਦੀ ਮੋਡ ਆਫ ਦੀ ਗਿਵਨ ਸੈੱਟ ਆਫ ਨੰਬਰਸ। ਸਾਡੇ ਕੋਲ ਸੈੱਟ ਆਫ ਨੰਬਰਸ ਗਿਵਨ ਹੈ, ਅਸੀਂ ਕੀ ਕਰਨਾ ਹੈ ਇਨ ਨੰਬਰਸ ਦਾ ਕੀ ਕਰਨਾ ਹੈ, ਮੋਡ ਫਾਈਂਡ ਕਰਨਾ ਹੈ। ਠੀਕ ਹੈ ਜੀ, ਉਹ ਤੋਂ ਪਹਿਲਾਂ ਦੇਖ ਲੈਂਦਾ ਸਾਡੇ ਕੋਲ ਮੋਡ ਹੁੰਦਾ ਕੀ ਹੈ। ਠੀਕ ਹੈ ਜੀ, ਮੋਡ ਹੁੰਦਾ ਹੈ ਦਾ ਕੀ ਓਬਜ਼ਰਵੇਸ਼ਨ ਵਿੱਚ ਔਕਰਡ ਮੋਸਟ ਨੰਬਰ ਆਫ ਟਾਈਮਸ। ਠੀਕ ਹੈ ਜੀ, ਸਾਨੂੰ ਇੱਧਰ ਦੀ ਓਬਜ਼ਰਵੇਸ਼ਨ ਦੱਸ, ਜਿਹੜੀ ਕਿ ਮੋਸਟ ਨੰਬਰ ਆਫ ਟਾਈਮ ਹੈ ਉਹ ਸਾਡਾ ਕੀ ਹੁੰਦਾ ਹੈ, ਮੋਡ। ਠੀਕ ਹੈ ਜੀ, ਹੁਣ ਵੇਖੋ ਅਸੀਂ ਵੇਖਣਾ ਹੈ ਸਾਨੂੰ ਕਿਹੜੀ ਓਬਜ਼ਰਵੇਸ਼ਨ ਸਾਡੀ ਜਿਹੜੀ ਮੋਸਟ ਨੰਬਰ ਆਫ ਟਾਈਮ ਹੈ। ਠੀਕ ਹੈ, ਇਹ ਸਾਡਾ ਗਿਵਨ ਓਬਜ਼ਰਵੇਸ਼ਨ ਹੈ। ਠੀਕ ਹੈ ਜੀ, ਓਬਜ਼ਰਵੇਸ਼ਨ ਦੇਖ ਲੈਂਦੇ, ਓਬਜ਼ਰਵੇਸ਼ਨ ਹੈ ਕੀ ਹੈ, 1 ਹੈ ਸਾਡੇ ਕੋਲ, ਇੱਕ 2 ਹੈ, 3 ਹੈ, 4 ਹੈ। ਠੀਕ ਹੈ, ਇਹ 4 ਓਬਜ਼ਰਵੇਸ਼ਨ ਹੈ। ਹੁਣ ਸਭ ਤੋਂ ਜ਼ਿਆਦਾ ਕਿੰਨੀ, ਦੇਖ ਲੈ ਕਿਹੜੀ ਓਬਜ਼ਰਵੇਸ਼ਨ ਸਭ ਤੋਂ ਜ਼ਿਆਦਾ ਵਾਰੀ ਸਾਡੀ ਰਿਪੀਟ ਹੋਈ ਹੈ। ਠੀਕ ਹੈ ਜੀ, ਤੇ ਪਹਿਲਾਂ ਸਾਡੇ ਕੋਲ ਓਬਜ਼ਰਵੇਸ਼ਨ ਕੀ ਹੈ, 1। 1 ਕਿੰਨੀ ਵਾਰ ਸਾਡੇ ਕੋਲ, 1 2 3 ਟਾਈਮਸ। ਠੀਕ ਹੈ ਜੀ, ਤੇ ਓਬਜ਼ਰਵੇਸ਼ਨ 2 ਸਾਡੇ ਕੋਲ ਕਿੰਨੇ ਟਾਈਮਸ ਹੈ, 1 2 3 4 4 ਟਾਈਮਸ। 3 ਸਾਡੇ ਕੋਲ ਕਿੰਨੀ ਵਾਰ ਹੈ, ਠੀਕ ਹੈ ਜੀ, 3 ਕਿੰਨੀ ਵਾਰ ਸਾਡੇ ਕੋਲ, 1 ਓਨਲੀ 1 ਟਾਈਮ। ਠੀਕ ਹੈ ਜੀ, 3 ਕਿੰਨਾ ਟਾਈਮ ਹੈ, 1 ਟਾਈਮ। 4 ਕਿੰਨਾ ਟਾਈਮ ਹੈ ਸਾਡੇ ਕੋਲ, 1 2। ਠੀਕ ਹੈ ਜੀ, ਹੁਣ ਸਾਨੂੰ ਮੋਡ ਕੱਢਣਾ ਬੋਲਿਆ। ਮੋਡ ਹੈ ਮਤਲਬ ਓਬਜ਼ਰਵੇਸ਼ਨ ਵਿਚ ਅਕਰਡ ਮੋਸਟ ਨੰਬਰ ਆਫ ਟਾਈਮ। ਕਿਹੜੀ ਓਬਜ਼ਰਵੇਸ਼ਨ ਹੈ ਜ਼ਿਆਦਾ ਟਾਈਮ, 2, ਤਾਂ ਦੇਅਰਫੋਰ ਕੀ ਆ ਗਿਆ, ਮੋਡ ਇਜ਼ ਇਕਵਲ ਟੂ 2। ਠੀਕ ਹੈ ਜੀ, ਧੰਨਵਾਦ।